ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰੇ ਵੀਰਾਂ ਦਾ ਆਪਣਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਸ਼ੌਂਕੀ ਬੰਦੇ 11-10 ਦੇਖਣ ਵਾਲੇ ਵੀਰਾਂ ਦਾ। ਸੋ ਅੱਜ ਆਪਾਂ ਫਿਰ ਇੱਕ ਵਾਰ ਪਿੰਡ ਘੋੜੀਆ ਖੁਰਦ ਆਏ ਹਾਂ ਬਾਈ ਸੁੱਖੇ ਹੁਣਾਂ ਦੇ ਕੋਲ। ਇਹਨਾਂ ਨੇ ਜਾਨਵਰ ਹੋਰ ਲਿਆਂਦੇ 4-5 ਅਤੇ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਜਾਨਵਰ ਦੋਸਤੋ, ਅਤੇ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂ, ਡਿਟੇਲ ਵੀ ਇਹਨਾਂ ਦੀ ਲੈਂਦੇ ਹਾਂ ਸਾਰਿਆਂ ਦੀ, ਅਤੇ ਜਾਨਵਰ ਵੀ ਤੁਹਾਨੂੰ ਇਕੱਲਾ ਕਰਕੇ ਦਿਖਾਉਣਾ। ਸੁੱਖੇ ਬਾਈ ਕੀ ਹਾਲ ਹੈ? ਠੀਕ ਹੈ ਜੀ, ਠੀਕ ਠੀਕ ਠਾਕ ਹੈ। ਠੀਕ ਹੈ, ਲਾਲ ਚੰਬੀ ਦਿਖਾਈਏ, ਗਰਡੀ ਚੰਬੀ ਹੈ ਜੀ, ਗਰਡੀ ਚੰਬੀ ਸ਼ੇਰੀ ਹੈ। ਠੀਕ ਹੈ, ਇਹਦੀ ਕੀ ਡਿਟੇਲ ਹੈ, ਇਹ ਕਿੰਨੀ ਉਮਰ ਦੀ ਹੈ? ਇਹ ਹੈਗੀ ਹੈ ਜੀ 11 ਮਹੀਨਿਆਂ ਦੀ ਸ਼ੇਰੀ ਆ। ਠੀਕ ਹੈ, ਇਹਦਾ ਮੁੱਲ ਵਗੈਰਾ ਗਿਆਰਾਂ ਮਹੀਨੇ ਉਮਰ ਹੈ, ਅਤੇ ਇਹਦੀ 200 ਹਾਈਟ ਜਿਹੜੀ ਬਾਈ ਹੁਣ ਕਹਿੰਦੇ 58 ਇੰਚ ਹੈ, ਅਤੇ 11 ਮਹੀਨੇ ਜਿਹੜੀ ਇਹਦੀ ਉਮਰ ਹੈ, ਅਤੇ ਘੱਲਾਂ ਵਾਲੇ ਚੇਤਕ ਦੀ ਹੈ, ਇਹ ਚੀਜ਼ ਦੀ ਗਰੰਟੀ ਹੈ, ਗਰੰਟੀ ਘੱਲਾਂ ਵਾਲੇ ਚੇਤਕ ਦੀ ਬੱਚੇ। ਠੀਕ ਹੈ, ਵੈਸੇ ਘੱਲਾਂ ਵਾਲੇ ਚੇਤਕ ਦੇ ਬੱਚੇ ਸੋਹਣੇ ਹੋਣੇ ਚਾਹੀਦੇ, ਮਜ਼ਬੂਤ ਵੀ ਹੈ, ਵੱਡੇ ਵੀ ਹੁੰਦੇ ਆ, ਘੋੜਾ ਨਾਮ ਵਾਲਾ ਹੈ ਨਾ। ਹੁਣ ਇਹਨੂੰ ਅੱਗੇ ਦੂਸਰੇ ਨੰਬਰ 'ਤੇ ਜਿਹੜੀ ਆਪਣੇ ਕੋਲ ਦੂਸਰੇ ਨੰਬਰ 'ਤੇ ਛੋਟੀ ਮਸ਼ੀਨੀਆਂ ਜੀ, ਵੀ ਗਰੜੀ ਚੰਬੀ ਹੈ। ਇਹ ਹੈਗੀ ਆ 9 ਮਹੀਨੇ, 9.5 ਦੀ। ਅੱਛਾ ਜੀ, 9.5 ਮਹੀਨੇ ਜੀ, ਇਹ ਵੀ ਹੋ ਗਈ 52 ਪਲੱਸ ਹੋ ਗਈ, 52 ਦੀ ਨੇੜੀ। ਠੀਕ ਹੈ, ਸੋਹਣੀ ਆ ਸ਼ੇਰੀ, ਬਾਂਦਰ ਬੂੰਦਰ ਵਧੀਆ ਯਾਰ। ਜੌਂਡੀ ਆਰ ਘੋੜੇ ਦੀ ਆ ਜੀ, ਪੂਰੀ ਗਰੰਟੀ ਹੈ, ਇਹ ਵੀ ਮੈਂਟੂ ਵਾਲੇ ਘੋੜੇ ਦਾ ਭਰਾ ਹੀ ਆ, ਮਾਂ ਵਾਲੇ ਪਾਸੇ ਵੀ ਉੱਤੇ ਪਿਓ। ਜੌਂਡੀ ਆਰ, ਹਾਂਜੀ, ਇਹ ਜੌਂਡੀ ਆਰ ਦੀ ਬੱਚੀ ਹੈ। ਹਾਂਜੀ, ਜੌਂਡੀ ਆਰ ਦੀ। ਠੀਕ ਹੈ, ਇਹਦੀ ਉਮਰ 9.5 ਮਹੀਨੇ, ਇਹ 9.5 ਮਹੀਨੇ। ਵੈਸੇ ਮਜ਼ਬੂਤ ਆ ਹੱਡਾਂ ਪੈਰਾਂ ਦੀ। ਹਾਂਜੀ, ਇਹ ਵੀ ਬਹੁਤ ਸਾਫ਼ ਆ, ਗਰਮ ਪੂਰਾ ਵਾਲ ਭੋਰੀ, ਪੈਰਾਂ ਪੂਰਾ ਵਾਲ ਭੋਰੀ ਦੀ ਸਾਫ਼, ਸਾਰੇ ਸਾਫ਼ ਆ ਜਾਨਵਰ ਆਪਣੇ। ਠੀਕ ਹੈ, ਠੀਕ, ਇਹਦੇ ਮੱਥੇ 2 ਘੜਾ, ਇਕੱਲਾ ਉੱਚੀ ਨੀਵੀਂ ਭੋਰੀ ਆ। ਅੱਛਾ, ਦੂਜੇ ਜਾਨਵਰ ਸਿੰਗਲ ਜੀ। ਠੀਕ ਹੈ, ਇਹਦੀ ਤਾਂ ਵੈਸੇ ਕੋਈ ਬਾਹਲੀ ਏਡੀ ਸਮੱਸਿਆ ਇਹਦੀ ਤਾਂ ਕੋਈ ਹੈ ਨਹੀਂ ਵਿਚਾਰ, ਨਹੀਂ ਜੀ, ਕੋਈ ਗੱਲ ਨਹੀਂ, ਬੜਾ ਨਹੀਂ ਵਿਚਾਰ। ਬਾਕੀ ਸੋਹਣੀ ਆ ਮਛੇਰੀ, ਜੇ ਮਿਲ ਜੂ ਤਾਂ ਇਹਦਾ ਫਿਰ ਮੁੱਲ ਵਗੈਰਾ ਕਿੱਥੇ ਕੀ ਕਰਦੇ ਆ? ਇਹਦਾ 1,10,000 ਕਰਦੇ ਹਾਂ ਜੀ। ਇਹਦਾ 1,10,000 ਰੁਪਏ। ਅਤੇ ਕੰਨ ਕੁੰਨ ਕੁੰਡੀ ਵਾਲਾ, ਇਹਦਾ ਵੀ ਪੂਰਾ ਵਧੀਆ, ਕੰਨ ਸੋਹਣੇ ਲੱਗਦੇ ਆ, ਕੰਨਾਂ ਪੱਥਰ ਚੰਗੀ ਚੰਬਾ ਪਾਉਣ ਗਏ, ਚੰਬਾ ਪਾਉਣ ਹੈਗਾ। ਬਾਕੀ ਜੇ ਕਿਸੇ ਸੱਜਣ ਨੇ ਬੱਚੇ ਬੁੱਚੇ ਲੈਣ ਵਾਸਤੇ ਲੈਣੀ ਹੋਵੇ, ਬੱਚਿਆਂ ਵਾਸਤੇ ਵਧੀਆ ਅੱਗੇ ਕੰਮ ਕਰੂਗੀ, ਵਧੀਆ ਬੱਚੇ ਦੇਊਗੀ। ਬਾਕੀ ਜੇ ਬਾਂਦਰਾਂ ਬੂੰਦਰਾਂ ਚੰਗੀਆਂ ਮਜ਼ਬੂਤ ਆ, ਚੰਬੇ ਦੀ ਕੁਆਲਿਟੀ ਵੀ ਚੰਗੀ ਸੋਹਣੀ ਹੈ, ਬਹੁਤ ਚੰਗੀ। ਇਹਦਾ 1,10,000 ਮਾਨਤਨ ਕਰਾਂਗੇ ਆਪਾਂ। ਹਾਂਜੀ ਹਾਂਜੀ। ਇੱਕ ਆ ਛੋਟੀ ਹੋਰ ਵਛੇਰੀ ਆਪਣੇ ਕੋਲ, ਕਾਲੀ, ਉਹ 3.5 ਮਹੀਨੇ ਦੀ ਵਛੇਰੀ, 3.5 ਮਹੀਨੇ ਲੋਟੀ ਲਿਆਂਦੀ, ਬੜੀ ਛੋਟੀ ਲੋਟੀ ਲਈ ਆ, ਉਹੀ ਹੰਬੋਰ ਲੈਣ ਦਾ ਘੋੜਾ, ਕੋਈ ਡੱਬ ਵਾਲੇ ਏਰੀਏ 'ਚ। ਅੱਛਾ, ਉਹਦੀ ਦੱਸਿਆ, ਨਾਂ ਨਹੀਂ ਪਤਾ ਆਪਾਂ ਨੂੰ ਘੋੜੇ ਦਾ। ਠੀਕ ਹੈ, ਇਹ 3.5 ਮਹੀਨਿਆਂ ਦੀ। ਹਾਂਜੀ, 3.5 ਮਹੀਨੇ ਦੀ ਆ, ਅਤੇ ਹੰਬੋਰ ਲੈਣਾ। ਇਹ ਵਾਲ ਭੋਰੀਆਂ ਲਈ ਸਾਫ਼ ਹੈ, ਉਹ ਵੀ ਪੂਰੀ ਸਾਫ਼ ਆ, ਪੂਰੀ ਤਿਆਰ ਹੋ ਗਈ ਤਾਂ ਵਧੀਆ ਬਣ ਜਾਣਾ, ਥੋੜ੍ਹੀ ਸਮਾਈ ਕਰਨ ਵਾਲੀ ਆ ਨਾ।
ਹਾਂ ਸਾਂਭ ਵਾਲੀ ਇੱਕ ਜਿਵੇਂ ਕਿ ਨਵੇਂ ਬੰਦੇ ਨੇ ਰੱਖਣੀ ਉਹਦੇ ਲਈ ਬਹੁਤ ਚੰਗੀ ਚੰਗੀ ਛੋਟਾ ਜਾਨਵਰ ਪਾਲ ਕੇ ਛੋਟਾ ਜਾਨਵਰ ਬੰਦਾ ਪਾ ਲੈਂਦਾ ਸ਼ੌਂਕ ਵਾਸਤੇ ਜੇ ਕਿਤੇ ਰੱਖੀ ਹਾਂਜੀ ਬਾਕੀ ਭਾਅ ਸਰ ਭਾਅ ਬਹੁਤ ਮਿਲਦਾ ਕੀ ਉਹਦਾ ਮੁੱਲ ਵਗੈਰਾ ਕੀ ਕਰਦਾ 65,000 ਰੁਪਈਆ ਕਰਦਾ 65,000 ਰੁਪਈਆ ਮੁੱਲ ਆਉਂਦਾ ਪਿਛੇਰੇ ਵਾਲਾ ਭਾਈ ਹੈ ਚਮਕਿਆ ਵਾਲਾ ਜੀ ਠੀਕ ਨਹੀਂ ਬੱਤੀ ਦਾ ਵਧੀਆ ਸੋਹਣੀ ਹੈ ਪੂਰੀ ਬਣ ਜੂਗੀ ਵਧੀਆ ਕੰਨਾ ਕੁੰਨਾ ਆਉਂਦੀ ਵੀ ਸੋਹਣੀ ਹੈ ਤਿਆਰ ਹੋ ਜੂਗੀ ਤਿਆਰ ਹੋ ਜਾਣੀ ਥੋੜ੍ਹੀ ਸੰਭਾਲ ਕਰਨੀ ਪੈਣੀ ਹੈ ਕਿਉਂਕਿ ਨਵੇਂ ਬੰਦੇ ਨੇ ਜਵਾਕਾਂ ਵਾਸਤੇ ਲੈਣੀ ਉਹਦੇ ਲਈ ਵਧੀਆ ਰੂ ਹਾਂ ਹਾਂ ਵਧੀਆ ਸ਼ੌਂਕ ਪੂਰਾ ਹੋ ਜੂ ਪੈਸੇ ਵੀ ਥੋੜ੍ਹੇ ਲੱਗਣਗੇ ਚੰਬੇ ਬਸ਼ੇਰੇ ਵਾਲਾ ਭਾਈ ਹੈ ਬਸ਼ੇਰੇ ਵਾਲਾ ਭਾਈ ਕਿੰਨੇ ਵਾਲਾ ਤੂੰ ਬਸ਼ੇਰਾ ਹੁੰਦਾ ਵੈਸੇ ਭਾਅ ਤੇਰਾ ਠੀਕ ਹੁੰਦਾ ਅੱਗੇ ਵੀ ਭਾਅ ਆਪਣਾ ਪੂਰਾ ਹੀ ਹੁੰਦਾ ਸਹੀ ਛੋਟਾ ਭਾਅ ਹੁੰਦਾ ਛੋਟੇ ਭਾਅ ਦੇ ਬੰਦੇ ਕਈ ਬਹੁਤ ਸਾਰੇ ਸੱਜਣ ਮਿੱਤਰ ਹੁੰਦੇ ਵੀ ਥੋੜ੍ਹੇ ਭਾਅ ਵਾਲੇ ਉਹਦੇ ਜਾ ਕੇ ਇਹਨੇ ਪਹਿਲੀ ਵਾਰੀ ਰੱਖਣੀ ਜਾ ਕੇ ਦਾ ਬੱਚਾ ਜਾਨਵਰ ਆਪਣੇ ਕੋਲ ਹੁੰਦੇ ਪੂਰੇ ਚੰਗੇ ਹੀ ਭਾਅ ਲੋਟ ਹੁੰਦਾ ਸਾਰਿਆਂ ਦੇ ਹੁਣ ਸਾਰੇ ਜਾਨਵਰ ਤੁਹਾਨੂੰ ਭਾਅ ਲੈਣ ਦੇ ਆਪਣੇ ਵਧੀਆ ਬੱਚੇ ਆ ਠੀਕ ਹੈ ਹੋਰ ਕੋਲੇ ਹੁੰਦਾ 2.5 ਲੱਖ ਰੁਪਈਆ ਕਰਦੇ ਆ ਲੈਣ ਵਾਲੇ ਹਾਂ ਮਿੱਟੀ ਆਪਾਂ ਦੇਣੇ ਆ ਬਹੁਤ ਜ਼ਿਆਦਾ ਸੋ ਦਰਸ਼ਕੋ 3 ਬਛੇਰੀਆਂ ਅੱਜ ਜਿਹੜੀਆਂ ਤੁਹਾਨੂੰ ਵਿਖਾਈਆਂ ਬਾਈ ਉਹਨਾਂ ਦੇ ਕੋਲੇ ਤੇ ਇੱਕ ਦੋ ਜਾਨਵਰ ਹੋਰ ਘਰੇ ਵੀ ਖੜੇ ਖੜੇ ਆ 3 ਬਛੇਰੇ ਆ ਇੱਕ ਬਛੇਰੀ ਖੜੀ ਆ ਕਾਲੀ ਚੰਬੀ ਹੋਰ ਵੱਡੀ ਉਹ ਵੀ 8-9 ਮਹੀਨਿਆਂ ਦੀ ਐਡੀ ਠੀਕ ਹੈ ਇੱਕ ਬਛੇਰੀ ਖੜੀ ਆ ਤੇ 3 ਬਛੇਰੇ ਆ ਬਛੇਰਿਆਂ ਦਾ ਵੀ ਚਾਹ ਬਣ ਹੋਵੇ ਬਛੇਰਾ ਵੀ ਕਿਸੇ ਨੇ ਖਰੀਦਣਾ ਤਾਂ ਬਛੇਰੇ ਵੀ ਬਾਈ ਉਹਨਾਂ ਦੇ ਕੋਲੇ ਹੈਗੇ ਆ ਦੋ ਮਾਰਵਾੜੀ ਆ ਇੱਕ ਮੱਝੂ ਵੀ ਲੈਣ ਦਾ ਨੀਲਾ ਅੱਛਾ ਠੀਕ ਹੈ ਤੇ ਜਾਨਵਰ ਹੈਗੇ ਆ 6-7 ਤਾਂ ਬਾਈ ਉਹਨਾਂ ਦੇ ਕੋਲੇ ਭਾਅ ਜਿਹੜੇ ਬਾਈ ਉਹਨਾਂ ਦੇ ਲੋਟ ਹੀ ਹੁੰਦੇ ਆ ਭਾਅ ਫਿਰਦੇ ਜਾਨਵਰ ਆ ਥੋੜ੍ਹੇ ਭਾਅ ਦੇ ਹੁੰਦੇ ਆ ਜੇ ਕਿਸੇ ਨੇ ਆਪਦਾ ਬੱਚਿਆਂ ਦਾ ਸ਼ੌਂਕ ਪੂਰਾ ਕਰਨਾ ਜਾਂ ਕਿਸੇ ਨੇ ਪਹਿਲੀ ਵਾਰੀ ਜਾਨਵਰ ਰੱਖਣਾ ਵੀ ਅਗਲਾ ਕਹਿੰਦਾ ਥੋੜ੍ਹੇ ਪੈਸੇ ਲਾ ਕੇ ਆਪਾਂ ਮਾੜਾ ਜਿਹਾ ਸ਼ੌਂਕ ਹੀ ਪੂਰਾ ਕਰਨਾ ਜਾਂ ਤਿਆਰ ਬਾਈ ਵੇਖਣਾ ਹੈ ਨਾ ਤਾਂ ਫਿਰ ਉਹ ਜ਼ਰੂਰ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਪਿੰਡ ਜਿਹੜਾ ਹੈਗਾ ਬਾਈ ਉਹਨਾਂ ਦਾ ਘੋੜੀਆ ਖੁਰਦ ਦਰਸ਼ਨ ਸਟੱਡ ਫਾਰਮਾਂ ਦਾ ਉੱਥੋਂ ਮੋਗੇ ਜ਼ਿਲ੍ਹੇ ਦਾ ਪਿੰਡ ਅਤੇ ਜੇ ਕੋਈ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੋਈ ਤਾਂ ਨੰਬਰ ਜਿਹੜਾ ਬਾਈ ਦਾ ਸਕਰੀਨ 'ਤੇ ਚੱਲਦਾ ਅਤੇ ਉੱਥੇ ਤੁਸੀਂ ਗੱਲਬਾਤ ਕਰ ਲਿਓ ਬਾਕੀ ਭਾਅ ਵਗੈਰਾ ਤੁਹਾਨੂੰ ਸਾਰੇ ਕੁਛ ਦੱਸਦਾ ਜਾਨਵਰ ਸਾਰੇ ਸੋਹਣੇ ਆ ਸੋ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤਾਂ ਕਿ ਕਿਸੇ ਹੋਰ ਲੋੜਵੰਦ ਸੱਜਣ ਕੋਲ ਪਹੁੰਚਦੀ ਹੋ ਜੇ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਠੀਕ ਹੈ ਸੁੱਖੇ ਬਾਈ ਠੀਕ ਹੈ ਧੰਨਵਾਦ ਧੰਨਵਾਦ ਦਰਸ਼ਕੋ ਤੁਹਾਡਾ